पकौड़े लैन पौना लैना है पौना चपेट दें रखा पौना गरम गरम पकौड़े ਇਹ ਬੀਪੀ ਵਾਲੀਆਂ ਦੋ ਗੋਲੀਆਂ ਲੈ ਚਲੀ ਮੇਰੇ ਵਾਲੀਆਂ ਹਾਂ ਅੰਮਾ ਜੀ ਕਹਿੰਦੇ ਮੈਨੂੰ ਨਾ ਫਰਕ ਪੈਂਦਾ ਲੈ ਕੇ ਡੱਬਾ ਜੇ ਓਈ ਉਹੀ ਕਹਿੰਦੇ ਮੈਨੂੰ ਉਹਨਾਂ ਫਰਕ ਪੈਂਦਾ ਕਹਿੰਦੇ ਮੈਂ ਖਾਣੀਆਂ ਮੈਂ ਕਿਹਾ ਸੀ ਵੀ ਮੇਰੇ ਨਾਲ ਦੀਆਂ ਲੈ ਲਓ ਕਹਿੰਦੇ ਮੈਨੂੰ ਉਹਨਾਂ ਫਰਕ ਪੈਂਦਾ ਕਹਿੰਦੇ ਮੈਨੂੰ ਠੀਕ ਥੋੜ੍ਹੀ ਦੇਰ ਤੋਂ ਬਾਅਦ ਨਾ ਦੋ ਤਿੰਨ ਮਿੰਟ ਬਾਅਦ ਮੈਨੂੰ ਫਰਕ ਪੈ ਜਾਂਦਾ ਜਿੱਦਾਂ ਉਹਨਾਂ ਪੈਂਦਾ ਵਾ ਤੇ ਫਿਰ ਠੀਕ ਹੈ ਆਏ ਵੀ ਗੱਲ ਹੈ ਪਕੌੜੇ ਅੰਮਾ ਜੀ ਵਾਸਤੇ ਰੱਖ ਲਏ ਹੁਣ ਪਾਈਏ ਕੜੀ ਬਾਜੀ ਬਾਜੀ ਖਾਣਗੇ ਕੜੀ ਅਤੇ ਅੰਮਾ ਜੀ ਨੇ ਖਾਣਿਆ ਸੁੱਕੇ ਪਕੌੜੇ ਆਪਣੀ ਇਹਦੇ 'ਚ ਪਈ ਰਹਿੰਦੀ ਫਿਰ ਰਾਤ ਸਾਂਭੀ ਉਸਮਾਨ ਬੇਟਾ ਖਾਂਦਾ ਸੀ ਹੁਣ ਉਸਮਾਨ ਬੇਟਾ ਖਾਂਦਾ ਨਹੀਂ ਅਤੇ ਉਸਮਾਨ ਦੇ ਇਸ ਕਰਕੇ ਜਿਹੜਾ ਨਾ ਮੈਂ ਹੁਣ ਸੁਬਹਾ ਪੁੱਛਿਆ ਸੀ ਲੱਸੀ ਦੇਣ ਵਾਸਤੇ ਉਸਮਾਨ ਬੇਟਾ ਕੜੀ ਖਾਏਗਾ ਨਹੀਂ ਕਿਹਾ ਕਿਉਂਕਿ ਨਹੀਂ ਮੈਂ ਪਰਹੇਜ਼ ਕਰ ਰਿਹਾ ਮੈਂ ਨਹੀਂ ਖਾਣੀ ਮੈਂ ਇੱਕ ਅੱਛਾ ਥੋੜ੍ਹਾ ਹੀ ਪਾ ਛੋਰਾ ਹੀ ਪਾਈ ਜਾਂਦਾ ਇੱਥੇ ਰੱਖ ਕੇ ਮੈਨੂੰ ਪਕੌੜੇ ਪਾਉਂਦੇ ਆ ਜਿਹੜੇ ਅੱਜ ਖਾ ਲਈ ਰੋਟੀ ਨਾਲ ਫਿਰ ਕੱਲ੍ਹ ਨੂੰ ਚਿੱਟਾ ਚੌਲ ਪਕਾ ਕੇ ਦੇਵਾਂ ਮੈਂ ਤੈਨੂੰ ਦੱਸ ਦੇਵਾਂ ਵੀਡੀਓ 'ਚ ਅੱਛਾ ਮੂੰਜੀ ਅੱਜ ਭਾਜੀ ਫਿਰ ਲਈ ਜਾਂਦੇ ਕੱਲ ਭਾਜੀ ਦੀ ਗਾਂ ਨੇ ਖਾ ਲਈ ਆ ਉਹ ਭਾਜੀ ਆਉਂਦੇ ਪਏ ਤਾਰਾ ਲਾਓ ਤੇ ਫੜੋ ਭਾਜੀ ਨੇ ਵੀ ਇੰਨਾ ਬਾਜਰਾ ਫੜ ਲਿਆ ਬਸ ਸਾਨੂੰ ਉੱਪਰ ਇੱਕ ਰਹਿੰਦੀ ਭਾਜੀ ਹੁਣ ਸਾਨੂੰ ਦੇਖ ਲਿਆ ਹੁਣ ਭਾਜੀ ਉੱਧਰ ਜਾਣਗੇ ਅਸੀਂ ਆਪਣੀ ਨਹਿਰ ਨਹਿਰ ਦੀ ਪਾਣੀ ਦੀ ਵਾਰੀ ਕਿਹਨੇ ਲਾਈ ਆ ਅੱਛਾ ਅੱਛਾ ਇਹ ਫੜੋ ਮੇਰੀ ਨਾੜ ਖਿੱਚੀ ਖਿੱਚੀ ਤੀ ਫੜ ਲਓ ਖਿੱਚੀ ਹੋ ਗਈ ਤੇਰੀ ਨਾੜ ਫੜੋ ਚਲੋ ਅੱਖਾਂ ਨਹੀਂ ਕੱਢੀ ਦੀਆਂ ਬੀਵੀਆਂ ਨੂੰ ਅੱਲਾ ਪਾਕ ਗੁੱਸੇ ਹੋ ਜਾਂਦਾ ਕਿਸੇ ਦੀਆਂ ਧੀਆਂ ਨੂੰ ਅੱਖਾਂ ਕੱਢੀਏ ਤਾਂ ਸੱਚੀ ਨਾਲ ਖਿੱਚੀ ਗਈ ਸ਼ਾਇਦ ਦੇਖੋ ਨਾ ਕੜਲ ਪੈ ਗਈ ਬਾਜ਼ੂ ਨੂੰ ਆ ਜਾਓ ਆ ਜਾਓ ਉਹਨਾਂ ਦੀ ਮਰਜ਼ੀ ਅਗਲੇ ਸਾਈਆਂ ਦੀ ਵਾਹਵਾ ਮੌਜ ਲੱਗੀ ਭਾਜੀ ਵਾਹਵਾ ਮੌਜ ਲੱਗੀ ਕੱਲ੍ਹ ਗਾਈ ਨੇ ਖਾ ਲਿਆ ਫਿਰ ਅੱਛਾ ਅੱਛਾ ਛੰਡਣੀ ਆਪ ਪੈਂਦੀ ਆ ਆਜੋ ਭਾਜੀ ਅੰਮਾ ਜੀ ਘਰ ਭਾਜੀ ਆਜੋ ਅੰਮਾ ਜੀ ਘਰ ਆਜੋ ਇਹ ਪਾਣੀ ਕਿੱਥੇ ਲੱਗਦਾ ਪਿਆ ਸਾਡੀ ਵਾਰੀ ਤੁਸੀਂ ਲਾਈਏ ਸਾਡੀ ਵਾਰੀ ਅੱਛਾ ਫਿਰ ਠੀਕ ਆ ਅਸਲਾਮ ਵਾਲੇਕਮ ਅਸੀਂ ਕੜੀ ਪਹੁੰਚਾਉਣ ਜਾਂਦੇ ਪਏ ਹਾਂ ਇਹਨਾਂ ਨੇ ਮੱਕੀ ਲਾਇਆ ਕਮਰੇ ਨਾਲ ਇਹ ਗਰੂਪ ਨਹੀਂ ਹੋਇਆ ਭਾਜੀ ਉਹਨਾਂ ਨੇ ਸਬਜ਼ੀ ਬੀਜ ਲਈ ਹੈ ਨਹਿਰ ਤੇ ਪਾਣੀ ਨਾਲ ਲੂਸਰ ਵੀ ਬੀਜ ਲਿਆ ਪਤਾ ਨਹੀਂ ਵਿੱਚ ਪਾਏ ਸਾਗ ਪਾਇਆ ਕਿ ਨਹੀਂ ਸਾਗ ਪਾਇਆ ਅੱਲਾ ਕਹਿੰਦਾ ਪਾਇਆ ਹੋਵੇ ਚੇਚੇ ਦੇ ਫੁੱਟੇ ਦੇ ਮੈਂ ਤੇ ਬਾਜੀ ਪਕਾਈਏ ਤੇ ਖਾਈਏ ਚਮਚੀਆਂ ਦੇ ਨਾਲ ਦਾਣਾ ਪੈਂਦਾ ਜਾਂਦਾ ਭਾਜੀ ਦੇ ਬਾਜਰੇ ਨੂੰ ਹੁਣ ਅੱਛਾ ਭਾਜੀ ਕਮਰ ਹੁਣੀ ਵੀ ਪਾਣੀ ਲਾਉਣ ਆਏ ਮੱਕੀ ਨੂੰ ਪ੍ਰਾਹੁਣੇ ਆਏ ਸ਼ਾਇਦ ਭਾਜੀ ਕਮਰ ਹੁਣੀ ਆਏ ਹਾਈ ਬਾਬਾ ਥੱਕ ਜਾਂਦੇ ਸੱਚੇ ਸ਼ਹਿਰ ਫਿਰਨੇ ਦਾ ਮਜ਼ਾ ਬੜਾ ਆਉਂਦਾ ਲੇਕਿਨ ਬੰਦਾ ਥੱਕ ਜਾਂਦਾ
चलो मैं जर्सी आ खरिया कढ ली आ। इन्नी जगह ते बाजी ने चने बीजने हैं। ओपन द डोर। बजी गया बाजी ने तो नहीं पालक उग गई। बाजी के हाथ सब्जी होंगी है बाकी परे सर तो बाद लाया बाजी ने लसन। कभी कढ़ी पकौड़ा जाता पाया उधर मुंजी लैके आता पाया सी वीर उधरों। हाँ जी हाँ जी आओ पकौड़े खाओ। अच्छा नहीं नहीं भाजी चटनी दही नहीं है किलो दुध कितने दुध बचता वा। मेनू कहना सी अपने ला जा मैं डॉक्टर ने मेरी उम्र देख के लिख के दितियां अम्मा जी की उम्र ज्यादा वा अम्मा जी अम्मा जी नूं कुछ नहीं करनी मैं भी मेनू मेरी उम्र का अम्मा जी की उम्र का फर्क आ। खांदा पींदा बंदा मरे तो डरता नहीं ना भाजी सही बने आ। नमक मिर्च इना रखे कर बाजी हुन मेरी नहीं अंडा नहीं मेदे वाला कैप्सूल खा तीन केले खा दे मैं क्या पता नहीं क्यों कड़ी दी वजह तो बाजी थी मेरे उसे बड़े दर्द हो रहे तेरे भी। अच्छा केला खाता वा बाजी फिर भी मेदे वाला कैप्सूल भी खा। पानी च पाने वास्ते वजू वास्ते बाजी ने लई है फिर जिदा मर्जी दूसरी ता बाजी दे आने जाने वाली है ओपे है ना बस छड़ के जा बड़ियां जितियां पना मैं ठीक है ते ए पिछो अडगा मेरे का दर्द कर देना ने ते बंद की मेरा नंबर लव तू जा रहा है ये गल लव जांदा मेरा नाल होवे ता मेरा नाल होवे ता सोनी की लादी प्याज पाई बाजी पा ला चल सर की जान अगे अम्मा जी कहंदे तो हुन पाई रख के उथे उने स्टिकर भी नहीं हले लाया बाजी ने बाजी अम्मा जी दा स्वेटर देख लो अम्मा जी दी टोपी देख लो आई शाबाश भूल दा अम्मा जी लेके माशाल्लाह चार हजार दा चार हजार दा हां जी ओन दे अपना 1700 दे हजार दे पए गत्थल माल पिया उथे बथेरा 4000 दी स्वेटरी। हां जी हां जी इदां ही लभदे स्वेटर टोपी भाजी टोपी ते कब्जा कर जो भाजी ये उल्टी करके भी तुसी ले सकते हैं फुल अंदर कर दे या फुल ला दियो तुसी कब्जा हो गया निंगी बड़ी है भाजी खारिश भी नहीं होनी विचों आ देखो ना विच टौलिया लग्या होया जराबा नहीं लिया चादर अम्मा जी पसंद नहीं आई बाकी बदाम सौंफ पिस्ते बी कितो चारे मगज बड़े सही होंगे अम्मा जी भाई छेड़ते बुखान भाई कहते हां उन्होंने कहा भी सारा जो थिंदा हुंदा वा उन्हें कहा भी बदाम एक छिलके भी करियो कोमे भी खा के देखियो नहीं उन्हें कहा मिश्री पा लो कहना सी सारा दा थिंदा निकल कहना सी सारा थिंदा हुंदा निकल जांदा वा कहना सी कहना सी अखां दी कमजोरी बाजी सौंफ सोहणी आ तां ही ते फिर मैं लै ली देख के हां जी अम्मा जी मैं भी आंदी है मैं ते चाय च पांदी आ ना बिलकुल नहीं बाजी इन्ना कि बहुत ही शाह पुरानी हो जाए खाने दिल भी नहीं करता बिलकुल अच्छा जी अम्मा जी को बैठी हैं थोड़ी देर बवांगे भाजी भी आ गए
ਭਾਜੀ ਨੇ ਵੀ ਪਕੌੜੇ ਖਾਧੇ, ਅੰਮਾ ਜੀ ਨੇ ਵੀ ਗੱਪ ਸ਼ੱਪ ਕਰਾਂਗੇ, ਬਾਜੀ ਚਾਏ ਬਣਾ ਰਹੀ ਆ ਪੀਵਾਂਗੇ ਅਤੇ ਵਲੋਗ ਦਾ ਐਂਡ ਕਰਦੇ ਹਾਂ। ਸੀ ਬੇਟਾ ਲਾਉਣ ਡਿਆ ਪਾਣੀ, ਮੈਂ ਬੰਗਲਾ ਦਿਖਾਵਾਂ ਆਪਣੇ ਭੈਣ ਭਾਈਆਂ ਨੂੰ, ਜੇ ਮੈਂ ਜਾਵਾਂ ਬਾਹਰ ਤਾਂ ਉੱਡੇ ਨਾ, ਤਾਂ ਮੈਨੂੰ ਬੰਗਲੇ ਬੜੇ ਪਸੰਦ ਆ। ਬੰਗਲਾ ਕਿੰਨਾ ਸੋਹਣਾ, ਬਾਜੀ ਦੀ ਸਬਜ਼ੀ ਨੂੰ ਪਾਣੀ ਪੀ ਚੁੱਕਿਆ, ਅਦਰਕ ਇਹਨੂੰ ਵੀ ਇਹਨੂੰ ਲੱਗਿਆ ਨਾ ਮਕਈ ਨੂੰ, ਸਾਰੀ ਮੱਕੀ ਨੂੰ ਪਾਣੀ ਲੱਗਿਆ। ਕਿਹਾ ਮੈਂ ਚੌਧਰੀ ਬਣ ਕੇ ਖੜਾ ਵਾ, ਹੈ ਡਰਦਾ ਵੀ ਘਰ ਨਹੀਂ ਜਾਣਾ। ਲੰਮੀ ਚੁੰਝ ਵਾਲਾ ਵਾਈਟ, ਪਤਾ ਨਹੀਂ ਪਾਣੀ ਚੁੱਕੀ ਖਾਂਦੇ ਹੁੰਦੇ ਉੱਥੇ ਜਿੱਥੇ ਲੇਕਿਨ ਪਾਣੀ ਲੱਗਦਾ ਹੋਵੇ ਕਿਆਰਿਆਂ 'ਚ, ਜਿਵੇਂ ਕਬੂਤਰ ਹੁੰਦੇ ਵਾਈਟ, ਅਤੇ ਪਾਣੀ ਸਾਰੀ ਮੱਕੀ ਨੂੰ ਲੱਗਣ ਦਿਆ ਵਾ। ਦੇਖੋ ਕਿੰਨਾ ਕਿੰਨਾ, ਕਿਸੇ ਕਿਸੇ ਪਰਿੰਦੇ ਦੇ ਹੁਸਨ ਆ ਇੰਨਾ ਨਾ ਜ਼ਿਆਦਾ। ਅੱਛਾ ਜੀ, ਵਲੌਗ ਦਾ ਐਂਡ ਕਰਦੇ ਹਾਂ, ਅੱਲਾ ਹਾਫਿਜ਼।